ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੀਆਂ ਤ੍ਰਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਿਹਰੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਸਮੇਂ ਅਤੇ ਪੈਸੇ ਦੋਵਾਂ ਦੀ ਲੋੜ ਹੁੰਦੀ ਹੈ, ਪਰ ਜੇ ਮੈਂ ਆਖਾਂ ਕਿ ਤੁਸੀਂ ਬਹੁਤ ਘੱਟ ਪੈਸੇ ਲਾਇਆ ਅਤੇ ਥੋੜ੍ਹੇ ਜਿਹੇ ਸਮੇਂ ਵਿੱਚ ਆਪਣੇ ਚਿਹਰੇ ਨੂੰ ਚਮਕਦਾਰ, ਸੁੰਦਰ ਅਤੇ ਝੁਰੜੀ ਰਹਿਤ ਰੱਖ ਸਕਦੇ ਹੋ, ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਅੱਜ ਆਪਾਂ ਗੱਲ ਕਰਾਂਗੇ ਚਿਹਰੇ ਦੀ ਤੇਲ ਮਾਲਿਸ਼ ਦੀ, ਤਾਂ ਚਲੋ ਇਸ ਵੀਡੀਓ ਦੀ ਸ਼ੁਰੂਆਤ ਕਰੀਏ ਅਤੇ ਵੇਖੀਏ ਤੁਸੀਂ ਕਿਹੜੇ ਕਿਹੜੇ ਤੇਲ ਦੀ ਵਰਤੋਂ ਕਰ ਸਕਦੇ ਹੋ। ਚਿਹਰੇ ਦੀ ਮਾਲਿਸ਼ ਦੇ ਲਈ ਤੁਸੀਂ ਆਮ ਘਰ ਵਿੱਚ ਪਾਏ ਜਾਣ ਵਾਲੇ ਕਿਸੇ ਵੀ ਕੈਰੀਅਰ ਆਇਲ ਦੀ ਵਰਤੋਂ ਕਰ ਸਕਦੇ ਹੋ, ਜਿਹਦੇ ਵਿੱਚ ਨਾਰੀਅਲ ਦਾ ਤੇਲ, ਬਦਾਮ ਦਾ ਤੇਲ, ਜੈਤੂਨ ਦਾ ਤੇਲ, ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਤੇਲ ਨੂੰ ਵਰਤ ਸਕਦੇ ਹੋ। ਤੁਸੀਂ ਵੱਖ ਵੱਖ ਦੋ ਤੇਲਾਂ ਨੂੰ ਮਿਲਾ ਕੇ ਵੀ ਵਰਤ ਸਕਦੇ ਹੋ, ਪਰ ਬਹੁਤਾ ਸੰਘਣਾ ਜਾਂ ਭਾਰੀ ਤੇਲ ਨਾ ਵਰਤੋ। ਤੇਲ ਤੋਂ ਇਲਾਵਾ ਤੁਸੀਂ ਕਰੀਮ ਦੀ ਵੀ ਵਰਤੋਂ ਕਰ ਸਕਦੇ ਹੋ ਮਾਲਿਸ਼ ਦੇ ਲਈ, ਪਰ ਮੇਰੇ ਕੇਸ ਵਿੱਚ ਮੈਂ ਤੇਲ ਵਰਤਣਾ ਹੀ ਪਸੰਦ ਕਰਦੀ ਹਾਂ, ਕਿਉਂਕਿ ਕਰੀਮ ਇੱਕ ਤਾਂ ਮਹਿੰਗੀ ਹੁੰਦੀ ਹੈ ਅਤੇ ਦੂਸਰਾ ਵਰਤਣੀ ਵੀ ਜ਼ਿਆਦਾ ਪੈਂਦੀ ਹੈ। ਮਾਲਿਸ਼ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਚੰਗੀ ਤਰ੍ਹਾਂ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ, ਅਤੇ ਜੇ ਕੋਈ ਤੁਸੀਂ ਜੁਐਲਰੀ ਪਾਈ ਹੈ ਤਾਂ ਉਹਨੂੰ ਵੀ ਲਾ ਦੇਵੋ। ਚਿਹਰੇ ਦੀ ਮਾਲਿਸ਼ ਤੋਂ ਪਹਿਲਾਂ ਤੁਸੀਂ ਮਾਸਪੇਸ਼ੀਆਂ ਨੂੰ ਵਾਰਮ ਅਪ ਕਰਨ ਦੇ ਲਈ ਫੇਸ਼ੀਅਲ ਯੋਗਾ ਜਾਂ ਫੇਸ਼ੀਅਲ ਐਕਸਰਸਾਈਜ਼ ਤੋਂ ਸ਼ੁਰੂਆਤ ਕਰੋ। ਅਤੇ ਇਹ ਲੱਗਦਾ ਨਹੀਂ ਕਿ ਮੈਨੂੰ ਦੱਸਣ ਦੀ ਲੋੜ ਹੈ ਕਿ ਇਸ ਸਮੇਂ ਤੁਹਾਡੇ ਹੱਥ ਅਤੇ ਚਿਹਰਾ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਹਨ। ਚਿਹਰੇ ਦੀਆਂ ਇਹ ਕਸਰਤਾਂ ਵੇਖਣ ਨੂੰ ਥੋੜ੍ਹੀਆਂ ਜਿਹੀਆਂ ਹਾਸੋਹੀਣੀਆਂ ਜ਼ਰੂਰ ਲੱਗ ਸਕਦੀਆਂ ਹਨ, ਪਰ ਚਿਹਰੇ ਦੀ ਸੁੰਦਰਤਾ ਜਾਂ ਸੁਹੱਪਣ ਨੂੰ ਬਰਕਰਾਰ ਰੱਖਣ ਦੇ ਲਈ ਬਹੁਤ ਕਾਰਗਰ ਸਾਬਿਤ ਹੁੰਦੀਆਂ ਹਨ। ਇਹਨਾਂ ਕਸਰਤਾਂ ਤੋਂ ਬਾਅਦ ਜਦੋਂ ਫੇਸ ਚੰਗੀ ਤਰ੍ਹਾਂ ਵਾਰਮ ਅਪ ਹੋ ਗਿਆ ਹੈ ਤਾਂ ਹੁਣ ਵਾਰੀ ਆਈ ਤੇਲ ਮਾਲਿਸ਼ ਦੀ। ਆਪਣੇ ਕਿਸੇ ਵੀ ਮਨਪਸੰਦ ਤੇਲ ਦੀਆਂ 5 ਤੋਂ 7 ਬੂੰਦਾਂ ਆਪਣੀਆਂ ਹਥੇਲੀਆਂ ਉੱਤੇ ਪਾ ਕੇ ਚੰਗੀ ਤਰ੍ਹਾਂ ਮਲ ਲਵੋ, ਅਤੇ ਉਸ ਤੋਂ ਬਾਅਦ ਵਿੱਚ ਅੱਖਾਂ ਨੂੰ ਬੰਦ ਕਰਕੇ ਚਿਹਰੇ ਦੇ ਉੱਤੇ ਚੰਗੀ ਤਰ੍ਹਾਂ ਇਸ ਤੇਲ ਨੂੰ ਰਚਨ ਦਵੋ। ਜ਼ਿਆਦਾਤਰ ਕਿਸੇ ਵੀ ਕੈਰੀਅਰ ਆਇਲ ਨੂੰ ਤੁਸੀਂ ਆਪਣੇ ਚਿਹਰੇ ਤੋਂ ਇਲਾਵਾ ਆਪਣੇ ਬੁੱਲਾਂ ਉੱਤੇ ਵੀ ਲਾ ਸਕਦੇ ਹੋ। ਤੇਲ ਨੂੰ ਚੰਗੀ ਤਰ੍ਹਾਂ ਰਚਾਉਣ ਦੇ ਲਈ ਆਪਣੀ ਉਂਗਲਾਂ ਦੇ ਪੋਟਿਆਂ ਦੇ ਨਾਲ ਦਬਾ ਦਿੰਦੇ ਹੋਏ ਚਿਹਰੇ ਦੀ ਮਾਲਿਸ਼ ਕਰਨੀ ਸ਼ੁਰੂ ਕਰੋ। ਤੇਲ ਦੇ ਰਚਨ ਤੋਂ ਮਗਰੋਂ ਸ਼ੁਰੂਆਤ ਕਰਦੇ ਹਾਂ ਮੱਥੇ ਤੋਂ। ਆਪਣੀਆਂ ਪਹਿਲੀਆਂ 2 ਉਂਗਲਾਂ ਦੇ ਨਾਲ ਚਿਹਰੇ ਉੱਤੇ ਜ਼ਿਗ ਜ਼ੈਗ ਮੋਸ਼ਨ ਦੇ ਨਾਲ ਮਾਲਿਸ਼ ਕਰਨੀ ਸ਼ੁਰੂ ਕਰੋ। ਇਹ ਤੁਹਾਡੇ ਚਿਹਰੇ 'ਤੇ ਬਣੀਆਂ ਹੋਈਆਂ ਤਣਾਅ ਦੀਆਂ ਲਕੀਰਾਂ ਨੂੰ ਦੂਰ ਕਰਨ ਵਿੱਚ ਬਹੁਤ ਸਹਾਇਕ ਹੁੰਦਾ ਹੈ। ਇਹਨੂੰ ਕਰਨ ਤੋਂ ਮਗਰੋਂ 3 ਉਂਗਲਾਂ ਦੇ ਨਾਲ ਦਬਾਅ ਪਾਉਂਦੇ ਹੋਏ ਮੱਥੇ ਦੇ ਵਿਚਕਾਰ ਤੋਂ ਲੈ ਕੇ ਕੰਨਾਂ ਵੱਲ ਨੂੰ ਮਾਲਿਸ਼ ਕਰੋ। ਇਸੇ ਤਰ੍ਹਾਂ ਹੀ ਮੱਥੇ ਦੇ ਵਿਚਕਾਰ ਤੋਂ ਸ਼ੁਰੂ ਹੋ ਕੇ ਗੋਲਾਕਾਰ ਬਣਾਉਂਦੇ ਹੋਏ ਕੰਨਾਂ ਵੱਲ ਨੂੰ ਹਲਕਾ ਦਬਾ ਦਿੰਦੇ ਹੋਏ ਮਾਲਿਸ਼ ਕਰੋ। ਮੱਥੇ ਤੋਂ ਬਾਅਦ ਹੁਣ ਵਾਰੀ ਆਈ ਬਹੁਤ ਗੁੱਸਾ ਕਰਨ ਨਾਲ ਬਣੀ ਹੋਈ ਆਈਬ੍ਰੋਜ਼ ਦੇ ਵਿਚਲੀ ਲਕੀਰ ਦੀ। ਇਹਨੂੰ ਠੀਕ ਕਰਨ ਦੇ ਲਈ ਬਿਲਕੁਲ ਜਿਵੇਂ ਆਪਾਂ ਮੱਥੇ 'ਤੇ ਜ਼ਿਗ-ਜ਼ੈਗ ਮੋਸ਼ਨ ਨਾਲ ਮਾਲਿਸ਼ ਕੀਤੀ ਸੀ, ਉਸੇ ਤਰ੍ਹਾਂ 2 ਉਂਗਲਾਂ ਦੇ ਨਾਲ ਮਾਲਿਸ਼ ਕਰੋ। ਇਹਦੇ ਤੋਂ ਬਾਅਦ ਹਲਕਾ ਦਬਾ ਦਿੰਦੇ ਹੋਏ ਚੂੰਡੀਆਂ ਵਾਂਗ ਆਪਣੀ ਆਈਬ੍ਰੋ ਉੱਤੇ ਦਬਾ ਪਾਓ। ਇਹ ਮਾਲਿਸ਼ ਵੱਖ ਵੱਖ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਅਤੇ ਇਹ ਚਿਹਰੇ ਨੂੰ ਬਹੁਤ ਆਰਾਮ ਪ੍ਰਦਾਨ ਕਰਦੀ ਹੈ। ਆਈਬ੍ਰੋ ਤੋਂ ਬਾਅਦ ਹੁਣ ਵਾਰੀ ਆਈ ਅੱਖਾਂ ਦੀ, ਪਰ ਚੇਤੇ ਰੱਖੋ ਇਹ ਹਿੱਸਾ ਚਿਹਰੇ ਦਾ ਸਭ ਤੋਂ ਨਾਜ਼ੁਕ ਅਤੇ ਕੋਮਲ ਹਿੱਸਾ ਹੁੰਦਾ ਹੈ, ਇਸ ਕਰਕੇ ਬਹੁਤ ਹੀ ਹਲਕਾ ਦਬਾ ਦਿੰਦੇ ਹੋਏ ਇੱਥੇ ਮਾਲਿਸ਼ ਕਰੋ। ਇਹਦੇ ਤੋਂ ਬਾਅਦ ਅੱਗੇ ਵੱਧਦੇ ਹਾਂ ਪੁੜਪੁੜੀਆਂ 'ਤੇ। ਇੱਥੇ ਮਾਲਿਸ਼ ਕਰਨਾ ਬਹੁਤ ਸੌਖਾ ਹੈ, ਜਿਵੇਂ ਆਪਾਂ 8 ਲਿਖਦੇ ਹਾਂ ਬਿਲਕੁਲ ਉਸੇ ਤਰ੍ਹਾਂ ਤੁਸੀਂ ਇੱਥੇ ਮਾਲਿਸ਼ ਕਰਨੀ ਹੈ। ਚਿਹਰੇ ਦੇ ਅੱਧੇ ਹਿੱਸੇ ਦੀ ਮਾਲਿਸ਼ ਅਸੀਂ ਕਰ ਚੁੱਕੇ ਹਾਂ। ਹੇਠਲੇ ਹਿੱਸੇ ਦੀ ਮਾਲਿਸ਼ ਦੇ ਲਈ 2 ਉਂਗਲਾਂ ਦੇ ਨਾਲ ਦਬਾਅ ਬਣਾਉਂਦੇ ਹੋਏ ਨੱਕ ਅਤੇ ਠੋਡੀ ਤੋਂ ਲੈ ਕੇ ਕੰਨਾਂ ਵੱਲ ਨੂੰ ਮਾਲਿਸ਼ ਕਰੋ। ਇਹ ਮਾਲਿਸ਼ ਉਹਨਾਂ ਲੋਕਾਂ ਲਈ ਬਹੁਤ ਚੰਗੀ ਹੈ ਜਿਹੜੇ ਚਿਹਰੇ ਤੋਂ ਚਰਬੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਰੀ ਠੋਡੀ ਅਤੇ ਢਿਲਕਵੀਆਂ ਗੱਲਾਂ ਤੋਂ ਬਚਣ ਦੇ ਲਈ ਠੋਡੀ ਤੋਂ ਲੈ ਕੇ ਕੰਨਾਂ ਤੱਕ ਜਬਾੜੇ ਦੇ ਸਾਰੇ ਪੁਆਇੰਟਾਂ ਉੱਤੇ ਚੰਗੀ ਤਰ੍ਹਾਂ ਦਬਾ ਦਵੋ।
चेहरे की मालिश आरामदायक होने के नाल नाल खून संचार विच भी वाधा करती है। ये चेहरे के बंद पए सुराखा नूं खोलदी है अते चुरड़ियां नूं कट करन विच मदद करती है। इस करके सिर्फ उंगलों के पोटियां नाल ही नहीं, तुसी हत्थां दे जोड़ या गंढा नाल भी चेहरे ते मालिश कर सकते हो। चेहरे के वख-वख हिस्सों ते मालिश करन तो मगरों हुण पूरे चेहरे नूं एक वारी ठोडी तो लैके मत्थे तक मालिश करो अते फिर उसे तरह ही नक या ठोडी तो लैके कन्ना तक मालिश करो। जदों भी चेहरे ते मालिश करो तो अपने गले अते धौण उत्ते मालिश करना ना भुलो। मालिश हो जाने तो मगरों चेहरे के कुछ पॉइंटां ते दबा देन दे नाल चेहरे दियां मांसपेशियां शांत हो जांदियां हन। रोज़ 2 to 3 मिनट चेहरे की मालिश करन दे नाल तुसी चुरड़ियां नूं लंबे समय लई चेहरे तो दूर रख सकते हो। इहदे लई तुहानूं वक्खरा समां कढ़न की कोई लोड़ नहीं है। जदों भी अपने चेहरे ते तुसी क्लेंजर या मॉइस्चराइजर लाने हो या किसी तरह की क्रीम की वरतों करते हो तो तुसी उसे समय चेहरे ते मालिश कर सकते हो। चेहरे की मालिश का एक होर फायदा यह भी है कि जिन्ना भी स्किन केयर प्रोडक्ट या कोई क्रीम तुसी मुँह ते लाने हो ये उन्हों रचन विच भी मदद करती है। मालिश हो जाने तो मगरों तुसी किसी फेस पैक या मास्क की वरतों भी कर सकते हो, पर जे तुहाडे कोल समा नहीं है तो तुसी किसी भी निग्गे टावल दे नाल मुँह नूं पूंझ के उस तो बाद अपनी रैगुलर क्रीम या मॉइस्चराइजर ला सकते हो। तो यह सी अज की वीडियो, मैनूं उम्मीद है तुहानूं इह पसंद आई होवेगी। तो हर बार की तरह जे तुहानूं इह पसंद आई है इहनूं लाइक करना ना भुलना ते होर वीडियोज़ दे लई मेरे चैनल नूं सबसक्राइब करो। धन्यवाद।